ਰਹਿੰਦੀ ਹੈ ਜੀ। ਲੋ ਅੱਧੀ ਦਾਤ ਮੇਰੇ ਮੁਰਸ਼ਦ ਦੀ ਹੈ, ਮਾਲਿਕ ਦੁਆ ਫਰਮਾਣਾ ਜੀ। ਹੈ ਕਰਬਲਾ ਕੇ ਸ਼ਹੀਦੋ। ਮੁਰਸ਼ਦ ਜੀ, ਅਗਰ ਇੱਥੇ ਦਾਤ ਨਹੀਂ ਨਾ ਮਿਲਣੀ ਫਿਰ ਬੰਦੇ ਸਾਰੇ ਸੁੱਤੇ ਨੇ। ਹੈ ਕਰਬਲਾ ਕੇ ਸ਼ਹੀਦੋ ਹੁਸੈਨ ਕੇ ਪਿਆਰੋ, ਤੁਮੇ ਰਸੂਲ ਕੀ ਬੇਟੀ ਸਲਾਮ ਕਹਿਤੀ ਹੈ। ਤੁਹਾਡੀ ਕਿਆ ਬਾਤ ਹੈ, ਮਿਹਰਬਾਨੀ, ਬਹੁਤ ਸ਼ੁਕਰੀਆ। ਇੰਤਹਾਈ ਸ਼ੁਕਰੀਆ, ਮਾਲਿਕ ਸਲਾਮਤ ਰੱਖੇ ਜੀ। ਬਾਦਸ਼ਾਹ ਜੀ ਮਿਹਰਬਾਨੀ, ਤੁਹਾਡੀ ਕਿਆ ਬਾਤ ਹੈ ਬਾਜਾ। ਯਾ ਅਲੀ ਰਾਏ ਸਾਹਿਬ ਸਾਹਿਬ, ਬਾਦਸ਼ਾਹ ਜੀ ਮੈਂ ਸਿਰਫ ਪੜ੍ਹਨਾ ਜੇ, ਨਾਰੇ ਤੁਸੀਂ ਲਾਣੇ ਜੇ, ਮੈਂ ਨਾਰੇ ਨਹੀਂ ਲਾਣੇ, ਇਹ ਤੁਹਾਡਾ ਕੰਮ ਜੇ। ਜਿਹੜਾ ਮੇਰਾ ਕੰਮ ਹੈ ਮੈਂ ਪੂਰਾ ਕਰ ਰਿਹਾ। ਆਓ ਮੁਕੰਮਲ ਸ਼ੇਰ ਕਰਾਂ, ਭਾਈ ਦਾ ਹੁਕਮ ਦੁਬਾਰਾ ਪੜ੍ਹ ਦੇਣਾ। ਹੈ ਕਰਬਲਾ ਕੇ ਸ਼ਹੀਦੋ ਹੁਸੈਨ ਕੇ ਪਿਆਰੋ, ਤੁਮੇ ਰਸੂਲ ਕੀ ਬੇਟੀ ਸਲਾਮ ਕਹਿਤੀ ਹੈ। ਹੈ ਕਰਬਲਾ ਕੇ ਸ਼ਹੀਦੋ। ਭਾਈਜਾਨ ਸ਼ੇਰ ਤੁਹਾਡੇ ਵਾਸਤੇ। ਬਾਦਸ਼ਾਹ ਜ਼ੁਲਜਾਂ ਟੁਰਦੇ ਟੁਰਦੇ ਹੁਸੈਨ ਬਾਦਸ਼ਾਹ ਦੇ ਕਦਮਾਂ ਦੇ ਕੋਲ ਆਇਆ, ਨਾਲਾਇਨ ਅਤੇ ਬੋਸਾ ਦਿੱਤਾ। ਦੇਖਿਆ ਕਿ ਮੌਲਾ ਜਿਸ ਨੂੰ ਸੈਣ ਸਲਾਮ ਕਰਦੇ, ਫਿਰ ਅੱਲਾ ਦੇ ਕੋਲ ਵੀ ਕਾਇਨਾਤ 'ਚ ਇਤਨੀ ਵੱਡੀ ਰਹਿਮਤ ਹੋ ਹੀ ਨਹੀਂ ਸਕਦੀ। ਮੇਰੇ ਵਾਸਤੇ ਕੁਝ ਹਿੱਸਾ, ਬਾਦਸ਼ਾਹ ਤੇਰੇ ਵਾਸਤੇ ਬੜਾ ਇੱਕ ਲੰਬਾ ਚੌੜਾ ਨਿਜ਼ਾਮ ਹੈ, ਲੇਕਿਨ ਆਹ ਮੁਖਤਸਰ ਜਿਹੜੇ ਸਾਵਾਂ ਜ਼ੁਲਜਨ ਦੇ ਕੇ ਬਾਦਸ਼ਾਹ ਦੇ ਸਾਓ ਕਿਆ ਇਮਾਮ ਹੁਸੈਨ ਬਾਦਸ਼ਾਹ ਦੇ ਕੇ ਫਰਮਾਉਂਦੇ ਨੇ, ਤੂੰ ਹੀ ਤੋ ਹੈ ਵੋ ਖੁਦਾ ਜਿਸ ਕੀ ਕਸਮ ਖਾਤਾ ਹੈ, ਤੇਰੇ ਹੀ ਚਲਨੇ ਕਾ ਆਯਤ ਮੇ ਜ਼ਿਕਰ ਆਤਾ ਹੈ, ਮੈਂ ਕਿਆ ਕਹੂੰ ਕਿ ਤੂਨੇ ਮਰਤਬੇ ਹੈ ਕਿਆ ਪਾਏ, ਹਿਜਾਬ ਅੱਲਾ ਕੀ ਚਾਦਰ ਮੇ ਤੂਨੇ ਜੋ ਖਾਏ, ਤੁਝੇ ਬਤੂਲ ਕੀ ਮਾਂ ਭੀ ਸਲਾਮ ਕਹਿਤੀ ਹੈ। ਇੰਤਹਾਈ ਸ਼ੁਕਰੀਆ। ਮਾਲਿਕ ਤੁਹਾਨੂੰ ਸਲਾਮ ਹੈ।